ਸਤਿ ਸ਼੍ਰੀ ਅਕਾਲ ਦੋਸਤੋ, ਨਵੀਂ ਵੀਡੀਓ 'ਚ ਨਵੇਂ ਦਿਨ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਦੋਸਤੋ, ਤੁਹਾਨੂੰ ਪਤਾ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਚੱਲ ਰਹੇ ਹੈ। ਅਤੇ ਇਸ ਮਹੀਨੇ 'ਚ ਆਪਣਾ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀਗਾ ਖੇਰੂ ਖੇਰੂ ਹੋ ਗਿਆ ਸੀਗਾ ਅਤੇ ਉਹਨਾਂ ਨੂੰ ਸ਼ਹੀਦੀ ਦਿੱਤੀ ਗਈ। ਅਤੇ ਦੋਸਤੋ, ਅੱਜ ਦਿਨ ਹੈਗਾ ਜੀ, ਮਤਲਬ 23 ਦਸੰਬਰ ਹੈ, ਸਾਲ 2022 ਹੈ। ਅੱਜ ਦੇ ਦਿਨ 23 ਦਸੰਬਰ ਵਾਲੇ ਦਿਨ ਸਾਡੇ ਪਿੰਡ ਵਾਲਿਆਂ ਵੱਲੋਂ ਜੀ ਹਰ ਸਾਲ ਜਿਹੜਾ ਦੈੜੀ ਹੈਗਾ ਪਿੰਡ ਬਨੂੜ ਤੋਂ ਖਰੜ ਜਾਂ ਮੋਹਾਲੀ ਰੋਡ 'ਤੇ ਪਿੰਡ ਪੈਂਦਾ ਹੈ, ਉੱਥੇ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਮਾਨ ਮਾਲਵਾ ਪ੍ਰੋਪਰਟੀ ਵਾਲਿਆਂ ਵੱਲੋਂ। ਅਤੇ ਆਪਾਂ ਵੀ ਉੱਥੇ ਚੱਲੇ ਹਾਂ, ਥੋੜ੍ਹਾ ਟਾਈਮ ਆਪਾਂ ਉੱਥੇ ਹਾਜ਼ਰੀ ਭਰਨੀ ਹੈ, ਆਪਾਂ ਉੱਥੇ ਦਰਸ਼ਨ ਵੇਲਾ ਕਰੂੰਗੇ, ਜਿੰਨੀ ਹੋ ਸਕੀ ਆਪਾਂ ਸੇਵਾ ਕਰੂੰਗੇ ਅਤੇ ਆਪਾਂ ਉੱਥੇ ਗੱਲਬਾਤ ਕਰੂੰਗੇ ਕਿੰਨੇ ਕੁ ਸਾਲ ਤੋਂ ਉਹ ਲੰਗਰ ਲਾ ਰਹੇ ਹਾਂ ਉੱਥੇ। ਅਤੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ। ਲਓ ਜੀ, ਅਸੀਂ ਪਹੁੰਚ ਗਏ ਹਾਂ ਜੀ ਮੇਨ ਰੋਡ 'ਤੇ, ਜਿਹੜਾ ਬਨੂੜ ਤੋਂ ਆ ਰਿਹਾ ਸਿੱਧਾ ਅੱਗੇ ਲਾਂਡਰਾ ਖਰੜ ਨੂੰ ਨਿਕਲ ਜਾਂਦਾ। ਅੱਜ ਟ੍ਰੈਫਿਕ ਰਸ਼ ਵੀ ਬਹੁਤ ਹੈ ਅਤੇ ਇੱਧਰ ਕਿਸੇ ਹੋਰ ਪਿੰਡ ਵੱਲੋਂ ਵੀ ਇੱਥੇ ਲੰਗਰ ਦੀ ਤਿਆਰੀਆਂ ਚੱਲ ਰਹੀਆਂ ਹੈ। ਅਤੇ ਸਾਹਮਣੇ ਜਿਹੜਾ ਸਾਡੇ ਪਿੰਡ ਵਾਲਿਆਂ ਵੱਲੋਂ ਇੱਥੇ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਚੱਲ ਰਿਹਾ ਹੈ। ਅਤੇ ਇਹ ਪਿਛਲੇ ਕਈ ਸਾਲਾਂ ਤੋਂ ਇੱਥੇ ਲੰਗਰ ਚੱਲਦਾ, ਸੇਵਾਦਾਰ ਵੀਰ ਇੱਥੇ ਡਟ ਕੇ ਸੇਵਾ ਕਰ ਰਹੇ ਹੈ। ਅਤੇ ਅੰਦਰ ਇੱਥੇ ਇਹਨਾਂ ਦਾ ਬਾਈ ਉਹਨਾਂ ਦਾ ਦਫ਼ਤਰ ਬਣਿਆ ਹੋਇਆ ਹੈ ਅਤੇ ਇਹਦੇ ਵਿੱਚ ਵੀ ਜਿਹੜੀ ਸੰਗਤ ਜਿਹੜਾ ਇਹ ਲੰਗਰ ਹੈ ਜੀ ਮਾਨ ਮਾਲਵਾ ਪ੍ਰੋਪਰਟੀ ਜਿਹੜਾ ਦੈੜੀ ਦਫ਼ਤਰ ਖੁੱਲ੍ਹਿਆ ਹੋਇਆ ਉਹਨਾਂ ਵੱਲੋਂ ਲਾਇਆ ਜਾਂਦਾ ਹੈ। ਬਾਕੀ ਇਹਦੇ ਵਿੱਚ ਹੋਰ ਸੰਗਤਾਂ ਦਾ ਸਹਿਯੋਗ ਵੀ ਹੁੰਦਾ ਹੈ, ਜਿਹੜੀ ਵੀ ਸੰਗਤ ਇਹਦੇ ਵਿੱਚ ਸੇਵਾ ਜਾਂ ਸਹਿਯੋਗ ਪਾਉਣਾ ਚਾਹੁੰਦੀ ਹੈ ਉਹ ਵੀ ਪਾ ਸਕਦੀ ਹੈ। ਅਤੇ ਬਾਈ ਉਹਨਾਂ ਨੇ ਦੱਸਿਆ ਤਕਰੀਬਨ 2012-13 ਤੋਂ ਤੁਸੀਂ ਕਹਿ ਲਓਗੇ 8-9 ਸਾਲ ਤੋਂ ਲਗਾਤਾਰ ਲੰਗਰ ਲਾਉਣੇ ਹਰ ਸਾਲ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸਭਾ ਹੁੰਦੀ ਹੈ 22 ਦਸੰਬਰ ਜਾਂ 23 ਦਸੰਬਰ ਨੂੰ ਇੱਥੇ ਲੰਗਰ ਲਾਇਆ ਜਾਂਦਾ ਹਰ ਸਾਲ, ਇੱਕ ਦਿਨ ਵਾਸਤੇ ਲੱਗਦਾ ਹੈ। ਅਤੇ ਇਹਦੇ ਵਿੱਚ ਤੁਸੀਂ ਚਾਹ ਦਾ ਪਕੌੜਿਆਂ ਦਾ ਲੰਗਰ ਲਾਉਂਦੇ ਹਾਂ ਅਤੇ ਰੋਟੀ ਪ੍ਰਸ਼ਾਦੇ ਦਾ ਲੰਗਰ ਲੱਗਦਾ ਹੈ। ਬਾਈ ਉਹਨੇ ਲੰਗਰ ਵਾਸਤੇ ਇੱਥੇ ਮਿਕਸ ਸਬਜ਼ੀ ਬਣਾ ਰਹੇ ਹੈ ਅਤੇ ਇੱਥੇ ਤੋਂ ਬਾਅਦ ਅੱਗੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਹੈ। ਇੱਥੇ ਹਰ ਸਾਲ ਜਿਹੜੀ ਵੱਡੇ ਸਾਹਿਬਜ਼ਾਦਿਆਂ ਦੀ ਸਭਾ ਹੁੰਦੀ ਹੈ ਜੀ ਚਮਕੌਰ ਸਾਹਿਬ 'ਚ, ਅਤੇ ਇੱਕ ਛੜਬਲ ਪਿੰਡ ਤੋਂ ਨਗਰ ਕੀਰਤਨ ਜਾਂਦਾ ਹੈ, ਵੱਡਾ ਨਗਰ ਕੀਰਤਨ ਚਮਕੌਰ ਸਾਹਿਬ ਤੱਕ ਜਾਂਦਾ ਹੈ। ਅਤੇ ਉਹ ਹਰ ਸਾਲ ਇੱਥੋਂ ਹੀ ਸੜਕ ਤੋਂ ਹੋ ਕੇ ਦੈੜੀ ਵਾਲੇ ਰੋਡ ਤੋਂ ਹੋ ਕੇ ਲੰਘਦਾ ਹੈ। ਖਾਸ ਉਸ ਕਰਕੇ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਸ ਤੋਂ ਇਲਾਵਾ ਵੀ ਆਉਣ ਜਾਣ ਵਾਲੀਆਂ ਜਿਹੜੀਆਂ ਸੰਗਤਾਂ ਇੱਥੇ ਪ੍ਰਸ਼ਾਦੇ ਲੰਗਰ ਪਾਣੀ ਛਕ ਸਕਦੀਆਂ। ਛਾਕੇ ਜੀ, ਛਾਕੇ ਪ੍ਰਸ਼ਾਦਾ ਛਾਕੇ ਜੀ। ਸੇਵਾਦਾਰ ਵੀਰ ਜਾਮ ਖਲਵਾਓ ਜੀ, ਜਾਮ ਖਲਵਾਓ, ਗੱਡੀਆਂ ਲਗਾਉਂਦੇ ਜਾਓ। ਵੀਰ ਅੱਗੇ ਤੱਕ ਨਾ ਜਾਓ, ਇੰਨੀ ਅੱਗੇ ਨਾ ਜਾਓ। ਪੈਦਲ ਵੀਰ ਅੰਦਰ ਆ ਜਾਓ, ਅੰਦਰ ਅੰਦਰ ਲੰਗਰ ਛਾਕੇ। ਲਓ ਜੀ, ਹੁਣ 3 ਵੱਜ ਗਏ ਤਕਰੀਬਨ ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਰ ਨੂੰ, ਪਰ ਜਿਹੜਾ ਲੰਗਰ ਹੈ ਉਹ ਹਲੇ ਵੀ ਚੱਲ ਰਿਹਾ, ਸ਼ਾਮ ਤੱਕ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਸਾਨੂੰ 1-2 ਕੰਮ ਹੈ, ਇਸ ਕਰਕੇ ਅਸੀਂ ਇਸ ਤੋਂ ਪਹਿਲਾਂ ਹੀ ਜਾ ਰਹੇ ਹਾਂ। ਅਤੇ ਬਾਈ ਉਹਨਾਂ ਨੇ ਦੱਸਿਆ ਤਕਰੀਬਨ 2012 ਜਾਂ 13 ਤੋਂ ਸਟਾਰਟ ਕਰਿਆ ਉਹਨਾਂ ਨੇ ਲੰਗਰ, ਇੱਥੇ ਸੰਗਤ ਦਾ ਸਹਿਯੋਗ ਵੀ ਮਿਲਦਾ ਹੈ। ਅਤੇ ਤਕਰੀਬਨ ਜਦੋਂ ਉਹਨਾਂ ਨੇ ਸਟਾਰਟ ਕਰਿਆ ਤਾਂ 2 ਜਾਂ 2.5 ਕੁਇੰਟਲ ਆਟਾ ਲੱਗਦਾ ਸੀਗਾ, ਅਤੇ ਹੁਣ ਹੌਲੀ ਹੌਲੀ ਕਰਦੇ ਕਰਦੇ 5 ਕੁਇੰਟਲ ਪਿਛਲੇ ਸਾਲ ਲੱਗਿਆ ਅਤੇ ਇਸ ਸਾਲ 6 ਕੁਇੰਟਲ ਤੋਂ ਵੀ ਟੱਪ ਗਿਆ, ਜਿਹੜਾ 6 ਕੁਇੰਟਲ ਆਟਾ ਲਗਭਗ ਲੱਗਿਆ ਉਹਨਾਂ ਦਾ। ਅਤੇ ਕੋਈ ਅੰਦਾਜ਼ਾ ਨਹੀਂ ਹੈਗਾ ਕਿੰਨੀ ਸੰਗਤ ਹੈ ਜਿਹੜੀ ਇੱਥੇ ਸੜਕ 'ਤੇ ਲੰਗਰ ਛਕ ਕੇ ਜਾਂਦੀ ਹੈ। ਤਕਰੀਬਨ 10-15 ਹਜ਼ਾਰ ਜਾਂ 30 ਹਜ਼ਾਰ ਤੱਕ ਤੁਸੀਂ ਬੰਦਾ ਮੰਨ ਕੇ ਚੱਲ ਸਕਦੇ ਹੋ ਕਿ ਇੰਨਾ ਬੰਦਾ ਪ੍ਰਸ਼ਾਦਾ ਛਕ ਜਾਂਦਾ ਹੈ, ਕਿਉਂਕਿ ਇਹ ਰੋਡ ਬਹੁਤ ਚੱਲ ਰਿਹਾ ਪਿੱਛੇ ਅੰਬਾਲੇ ਤੋਂ ਬਨੂੜ ਨੂੰ ਹੋ ਕੇ ਅੱਗੇ ਲਾਂਡਰਾਂ ਖਰੜ ਤੱਕ ਇਹੀ ਰੋਡ ਜਾਂਦਾ ਸਿੱਧਾ। ਅਤੇ ਇਸ ਰੋਡ 'ਤੇ ਜਿਹੜੀ ਸਭਾ ਜਾਂਦੀ ਹੈ ਨਾ ਉਹ ਅਜਰੇ ਦਿਨ ਲੰਘਦੀ ਹੈ ਇੱਥੇ, ਅਤੇ ਨਗਰ ਕੀਰਤਨ ਜਾਂਦਾ ਹੈ ਅਤੇ ਉਹ ਵੀ ਸਵੇਰੇ ਨਿਕਲ ਜਾਂਦਾ। ਆਪਾਂ ਥੋੜ੍ਹਾ ਜਿਹਾ ਲੇਟ ਹੋ ਗਏ, ਉਹ ਆਪਾਂ ਨਹੀਂ ਦਿਖਾ ਸਕੇ। ਜਿਹੜੇ ਪ੍ਰਸ਼ਾਦੇ ਬਣਾਉਣ ਵਾਲੇ ਇੱਥੇ ਸੇਵਾ ਕਰ ਰਹੇ ਨਾ, ਪ੍ਰਸ਼ਾਦੇ ਜਿਹੜੇ ਬਣਾ ਰਹੇ ਹੈ ਉਹ ਤਕਰੀਬਨ 10-12 ਜਣੇ ਹੈ, ਅਤੇ ਰਾਤ ਉਹ 11 ਵਜੇ ਸ਼ੁਰੂ ਹੋ ਗਏ ਸੀ, ਰਾਤ ਦੇ 11 ਵਜੇ ਪ੍ਰਸ਼ਾਦੇ ਬਣਾ ਰਹੇ ਹੈ, ਤਾਂ ਹੁਣ ਤੱਕ ਪ੍ਰਸ਼ਾਦਾ ਪੂਰਾ ਹੋ ਰਿਹਾ। ਜੇ ਸਵੇਰੇ ਬਣਾਉਂਦੇ ਜਾਂ ਦਿਨ 'ਚ ਸ਼ੁਰੂ ਕਰਦੇ ਤਾਂ ਉਹਨਾਂ ਲਈ ਮੁਸ਼ਕਿਲ ਸੀਗਾ, ਇਸ ਕਰਕੇ 1 ਦਿਨ ਪਹਿਲਾਂ ਹੀ
ਪ੍ਰਸ਼ਾਦਾ ਬਣਨਾ ਸ਼ੁਰੂ ਹੋ ਜਾਂਦਾ ਰਾਤ ਦੇ 11 ਵਜੇ ਤੋਂ ਬਣਨਾ ਸ਼ੁਰੂ ਹੋਇਆ ਹੈ ਹੁਣ ਤੱਕ ਵੀ ਪ੍ਰਸ਼ਾਦਾ ਬਣ ਰਿਹਾ ਸਬਜ਼ੀ ਦੁਬਾਰਾ ਫਿਰ ਬਣਨ ਨੂੰ ਤਿਆਰ ਹੋ ਰਹੀ ਹੈ ਤੇ ਤੁਸੀਂ ਲਾ ਲਓ ਅੰਦਾਜ਼ਾ ਇੰਨੇ ਲੋਕ ਇੱਥੇ ਲੰਗਰ ਛਕਦੇ ਹੈ ਤੇ ਇਹ ਤਾਂ ਇੱਕ ਆਪਣੇ ਇੱਕ ਲੰਗਰ ਜਾ ਕੇ ਆਪਾਂ ਦੇਖਿਆ ਇਸ ਤਰ੍ਹਾਂ ਦੇ ਆਪਣੇ ਪੰਜਾਬ 'ਚ ਕੁਛ ਗਿਣਤੀ ਨਹੀਂ ਹੈ ਕਿੰਨੇ ਲੰਗਰ ਲੱਗੇ ਹੋਏ ਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਸੀਗਾ ਜੀ ਆਪਣਾ ਅੱਜ ਦਾ ਬਲੌਗ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗਾ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਬਾਕੀ ਚੈਨਲ 'ਤੇ ਹਰ ਵੀਡੀਓ ਦੀਆਂ ਅਲੱਗ ਅਲੱਗ ਪਲੇ ਲਿਸਟਾਂ ਬਣੀਆਂ ਹੋਈਆਂ ਹੈ ਤੁਸੀਂ ਉਹਨਾਂ 'ਚ ਜਾ ਕੇ ਜਿਹੜੀ ਤੁਹਾਡੀ ਪਸੰਦ ਦੀ ਵੀਡੀਓ ਹੈ ਕੋਈ ਵੀ ਦੇਖ ਸਕਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਾਂ ਆਉਣ ਵਾਲੀ ਅਗਲੀ ਵੀਡੀਓ 'ਚ ਬਹੁਤ ਜਲਦ ਤੁਹਾਡੇ ਨਾਲ ਮਿਲਦੇ ਹਾਂ ਧੰਨਵਾਦ।